ਲੱਗੇ ਸੀ ਮਦਰ ਐਂਡ ਡਾਟਰ ਸੂਟ ਦੁਪੱਟਾ ਦੁਪੱਟੇ ਦੇ ਵਿੱਚ ਲੈਂਸ 4 ਸਾਈਡ ਲੈਸ ਲੱਗੀ ਹੋਈ ਹੈ ਦੁਪੱਟੇ ਨੂੰ ਪੂਰਾ ਹੈਵੀ ਸੂਟ ਹੈ ਜਾਲ ਹੈ ਵਿੱਚ ਸਿੱਪੀ ਵਰਗੇ ਆ ਕਟ ਵਰਗੇ ਆ ਸਾਈਡਾਂ ਤੇ ਪੂਰਾ ਜਾਲ ਆ ਉੱਪਰ ਤੇ ਸਾਈਡ ਤੇ ਬੂਟੀ ਬੂਟੀ ਥੋੜਾ ਜਿਹਾ ਸਟਾਈਲ ਆ ਸੀਵੀ ਦਾ ਬੱਚੇ ਦਾ ਸੂਟ ਹੈ ਛੋਟਾ ਇੱਕ ਹੋਰ ਸੂਟ ਹੈ ਜਿਹੜਾ ਬੱਚੇ ਦੇ ਸੂਟ ਨੇ ਤਾਂ ਸੇਮ ਹੀ ਲੈਸ ਲੱਗੀ ਹੋਈ ਹੈ ਨਾਲ ਇਹਦੇ ਨਾਲ ਦਾ ਪਿੰਕ ਸੂਟ ਪਾ ਲਈ ਦੁਪੱਟਾ ਪਾ ਲਈ ਨਾਲ ਹੀ ਦੁਪੱਟਾ ਪਿੰਕ ਸੂਟ ਮੋਰ ਪੰਖੇ ਵਿੱਚ ਪੈਚ ਵਰਕੇ ਨਾਲ ਜਾਲੀ ਦੇ ਵਿੱਚ ਕਟ ਵਰਗਿਆ ਪਰਲ ਵਰਕ ਦਬਕਾ ਥਰੈਡ ਵਰਕ ਸਿੱਪੀ ਵਰਕ ਪੂਰਾ ਹੋਇਆ ਹੋਇਆ ਇਹਦੇ ਵਿੱਚ ਤੁਸੀਂ ਪੈਚ ਦੀ ਵੀ ਫਿਨਿਸ਼ਿੰਗ ਦੇਖ ਸਕਦੇ ਹੋ ਪ੍ਰੋਪਰ ਪੈਚ ਦੀ ਫਿਨਿਸ਼ਿੰਗ ਹੈ ਇਹਦੇ ਨਾਲ ਪੂਰਾ ਹੈਵੀ ਦੁਪੱਟਾ ਇਸਦੇ ਜਾਲ ਬਣਿਆ ਹੋਇਆ ਦੁਪੱਟੇ ਦੇ ਵਿੱਚ ਮੋਰ ਪੰਖੀਆ ਦੁਪੱਟਾ ਬੇਬੀ ਪਿੰਕ ਦੇ ਨਾਲ ਤੁਸੀਂ ਜ਼ਿਆਦਾ ਹੌਟ ਪਿੰਕ ਦੀ ਕਲੈਕਸ਼ਨ ਦੇਖਦੇ ਹੋਣੇ ਇਸ ਸਮ ਇਹ ਡਿਫਰੈਂਟ ਕਲੈਕਸ਼ਨ ਹੈ ਮੋਰ ਪੰਖੀਆ ਦੀ ਇਸਦੇ ਸੇਮ ਇਹਦੇ ਜਾਲ ਬਣਿਆ ਹੋਇਆ ਨਾਲ ਹੀ ਇਹਦੇ ਵਿੱਚ ਬੱਚੇ ਦਾ ਵੀ ਸੂਟ ਇਹਦੇ ਨਾਲ ਦੇ ਸੇਮ ਬੱਚੇ ਬੇਬੀ ਦਾ ਸੂਟ ਛੋਟਾ ਇਸ ਤਰ੍ਹਾਂ ਦੂਸਰੀ ਉਹਨਾਂ ਨੇ ਮਦਰ ਐਂਡ ਡਾਟਰ ਤਿੰਨੋਂ ਕਲੈਕਸ਼ਨ ਇਹਨਾਂ ਦੇ ਬੱਚਿਆਂ ਦੇ ਦੁਪੱਟੇ ਨਾਲ ਹੀ ਇਸ ਤਰ੍ਹਾਂ ਹੀ ਇਹਨਾਂ ਦੇ ਛੋਟੇ ਛੋਟੇ ਦੁਪੱਟੇ ਬਣੇ ਹੋਏ ਜੇ ਕਿਤੇ ਕਰ ਦੁਬਾਰਾ ਕਰਨਾ ਹੁੰਦਾ